मोगा के रिहायशी खेत्र अते तंग गलियां च बने कबाड़ के गोदाम च भयानक अग लग गई, जिस कारण लखां रुपए का नुकसान हो गया। अग लगन के कारणों का अजे तक पता नहीं लग सकया है। फायर ब्रिगेड के कर्मचारी अग ते काबू पाउण की कोशिश कर रहे हैं। हुण तक फायर ब्रिगेड दीआं 8 गड्डियां मौके ते अग ते काबू पाउण लई लगियां होईआं हन। गोदाम बनाया हुआ जी। सानू जिवें ही अज मॉर्निंग 9 बजे कौंसल साहब का फोन आया, असी इमीडिएट अपनियां गड्डियां इत्थे भेज दित्तियां। सानू पता लग्या इत्थे इन्हां दा समान भी बहुत ज़्यादा हद तक पिया होया है, जिहड़ी कि अग बहुत ज़्यादा वधदी जा रही सी। साडियां गड्डियां ऑलरेडी काफ़ी चक्कर लगा चुकी हैं। ਅਸੀਂ ਪੂਰੀ ਕੋਸ਼ਿਸ਼ ਹੈ ਜੀ ਜਲਦੀ ਹੋਈ ਇਸ ਅੱਗ ਤੇ ਕੰਟਰੋਲ ਪਾ ਲਿਆ ਜਾਏਗਾ। ਮੈਂ ਲੱਗਦਾ ਨੇ ਵੀ ਕਿਤੇ ਜਿਹੜਾ ਗੋਦਾਮ ਬਣਿਆ ਹੈਗਾ ਬਹੁਤ ਹੀ ਭੀੜੀਆਂ ਗਲੀਆਂ 'ਚ ਬਣਾਇਆ ਹੋਇਆ ਔਰ ਉਹ ਵੀ ਰਿਹਾਸ਼ੀ ਇਲਾਕੇ। ਹਾਂਜੀ ਜੀ, ਮੈਂ ਮੱਲੇ ਵਾਲਿਆਂ ਨਾਲ ਵੀ ਮਿਲੀ ਆ, ਉਹਨਾਂ ਨੇ ਵੀ ਗੱਲ ਕੀਤੀ ਆ। ਉਹ ਸਾਰੀ ਮਤਲਬ ਇੱਥੋਂ ਬੜੇ ਪਰੇਸ਼ਾਨ ਹੈ, ਕਹਿੰਦੇ ਮੈਮ ਇੱਕ ਟਾਈਟ ਗਲੀ ਕਿ ਇਹਨਾਂ ਨੇ ਗਲੀ ਦੇ ਵਿੱਚ ਬਣਾਇਆ, ਇਹਨਾਂ ਦੀ ਹੋਰ ਵੀ ਇੱਕ ਜਗ੍ਹਾ ਹੈਗੀ ਹੈ ਉੱਥੇ ਵੀ ਇਹਨਾਂ ਦਾ ਕਾਫੀ ਜ਼ਿਆਦਾ ਸਮਾਨ ਪਿਆ ਹੋਇਆ। ਕੋਈ ਗੱਲ ਨਹੀਂ, ਅਸੀਂ ਇਹਨਾਂ ਨਾਲ ਗੱਲ ਕਰਕੇ, ਇਹ ਚਾਹੀਦਾ ਹੈ ਜੀ ਵਾਕਈ ਇੱਥੇ ਨਹੀਂ ਹੋਣਾ ਚਾਹੀਦਾ। ਮੈਡਮ ਸਰ ਨੂੰ ਵੱਡੀ ਗੱਲ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਬਣਾਇਆ ਹੋਇਆ, ਉਹ ਵੀ ਇੰਨਾ ਮਾਲ ਸਟਾਕ ਕੀਤਾ ਹੋਇਆ, ਇਹਦੇ ਬਾਰੇ ਕੀ? ਬਹੁਤ ਜ਼ਿਆਦਾ ਸਮਾਨ ਹੈ ਜੀ ਇਹਨਾਂ ਦਾ ਪਿਆ ਹੋਇਆ। ਅਮਨ ਜਿੰਦਲ, ਆਪਾਂ ਗਿੱਲ ਅੰਗਦਪੁਰਾ ਮਹੱਲਾ ਗਿੱਲ ਪੈਲਸ। ਅੰਗਦਪੁਰਾ ਮਹੱਲੇ ਜਿਹੜੀ ਸਵੇਰ ਦੀ ਅੱਗ ਲੱਗੀ ਹੈ, ਕੀ ਹੈ ਸਾਰਾ ਮਾਮਲਾ? ਹਾਂਜੀ, ਕਿੱਦਾਂ ਲੱਗੀ ਅੱਗ? ਇਹ ਕੁਦਰਤੀ ਵੀ ਕਹਿ ਸਕਦੇ, ਰਾਤੀ ਇੱਥੇ ਆਪਣੇ ਜਗਰਾਤਾ ਸੀ, ਕੀ ਪਤਾ ਬੱਚਿਆਂ ਨੇ ਕੋਈ ਸ਼ਰਾਰਤ ਕੀਤੀ ਹੈ। ਇੱਥੇ ਆਪਣੇ ਕਵਾੜ ਦਾ ਇੱਦਾਂ ਸਟੋਰ ਬਣਾਇਆ ਬਾਈ, ਇਹ 10-12 ਸਾਲ ਤੋਂ ਪਲੱਸ ਹੀ ਹੋ ਗਏ ਉਹਨੇ। ਇਹ ਜਿਸ ਘਰੇ ਆਪਾਂ ਖੜ੍ਹੇ, ਇਹਨਾਂ ਨੇ ਵਿਚਾਰਿਆਂ ਨੇ 2-3 ਵਾਰੀ ਕੰਪਲੇਂਟ ਕੀਤੀ ਆ, ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ। ਕਿਹਾ ਜੀ ਕੋਈ ਨਹੀਂ ਕਰਵਾਉਂਦੇ ਹਾਂ, ਕਰਵਾਉਂਦੇ ਹਾਂ, ਬਸ ਇਸ ਤਰ੍ਹਾਂ ਕਹਿ ਗਏ ਸਾਰ ਦਿੰਦੇ। ਇਹ ਉੱਧਰ ਸਾਈਡ 'ਤੇ ਲੱਕੜ ਬਹੁਤ ਪਈ ਸੀਗੀ, ਅਸੀਂ ਲੱਕੜ ਚੱਕਦੇ ਸਾਈਡ 'ਤੇ ਹੋ ਰਹੇ ਸੀ, ਲੱਕੜ ਸਾਈਡ 'ਤੇ ਕਰ ਰਹੇ ਸੀ, ਇਹ ਕੁਦਰਤੀ ਉੱਥੇ ਇੱਟਾਂ ਪਈਆਂ ਸੀਗੀਆਂ, ਉਹ ਇੱਟਾਂ ਗਏ ਸਿਰ 'ਤੇ ਵੱਜੀ ਲੱਕੜ ਚੱਕਦੇ। ਤਕਰੀਬਨ 5ਵੀਂ ਗੱਡੀ ਆ ਚੁੱਕੀ ਹੈ, 6ਵੀਂ ਹੁਣ ਆਈ ਹੈ ਜੀ। ਹਾਂਜੀ,